ਪੰਜਾਬੀ ਗਾਇਕਾ ਅਫਸਾਨਾ ਖਾਨ ਇਹਨੀ ਦਿਨੀ ਕੈਨੇਡਾ ਵਿੱਚ ਹੈ ਜਿੱਥੇ ਗਾਇਕਾ ਖੂਬ ਇੰਜੋਏ ਕਰ ਰਹੀ ਹੈ ਹਾਲ ਹੀ ਵਿੱਚ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਕੁ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿੰਨਾ ਕਰਕੇ ਉਹ ਕਾਫੀ ਟਰਾਲ ਹੋ ਰਹੀ ਹੈ ਦਰਸਲ ਇਹਨਾਂ ਤਸਵੀਰਾਂ ਵਿੱਚ ਅਫਸਾਨਾ ਖਾਨ ਨੇ ਕਾਫੀ ਜ਼ਿਆਦਾ ਮੇਕਅਪ ਕੀਤਾ ਹੋਇਆ ਸੀ ਜੋ ਕਿ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਇਹਨਾਂ ਤਸਵੀਰਾਂ ਤੇ ਲੋਕ ਕਮੈਂਟ ਕਰਕੇ ਅਫਸਾਨਾ ਖਾਨ ਨੂੰ ਖੂਬ ਟਰੋਲ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਤਸਵੀਰਾਂ ਵਿੱਚ ਅਫਸਾਨਾ ਖਾਨ ਨੇ ਪਰਪਲ ਜਾਨੀ ਕੇ ਜਾਮਨੀ ਰੰਗ ਦਾ ਸੂਟ ਪਾਇਆ ਹੋਇਆ ਹੈ ਇਸ ਦੇ ਨਾਲ ਹੀ ਉਸਨੇ ਕਾਫੀ ਸਾਰੇ ਗਹਿਣੇ ਵੀ ਪੈਨੇ ਹੋਏ ਸਨ ਇਹਨਾਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਜਿਸ ਤੋਂ ਬਾਅਦ ਟਰੋਲ ਕਰਦਿਆ ਇੱਕ ਯੂਜ਼ਰ ਨੇ ਅਫਸਾਨਾ ਖਾਨ ਦੀਆਂ ਤਸਵੀਰਾਂ ਤੇ ਕਮੈਂਟ ਕੀਤਾ ਇਹਨਾਂ ਮੇਕਅਪ ਮੂੰਹ ਤੇ ਐਦਾ ਚੋਪੜਿਆ ਪਿਆ ਕੀ ਸ਼ੋ ਕਰਨਾ ਚਾਹੁੰਦੇ ਹੋ ਮੈਡਮ ਅਫਸਾਨਾ ਜੀ ਤੁਸੀਂ ਹੱਥਾਂ ਤੇ ਵੀ ਲਾ ਲਿਆ ਕਰੋ ਥੋੜਾ ਮੇਕਅਪ ਹੱਥ ਇਕੱਲੇ ਨਜ਼ਰ ਆ ਰਹੇ ਨੇ ਤੁਹਾਡੇ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਦਿਆ ਕਿ ਹਾ ਦੀਦੀ ਮੇਕਅਪ ਥੋੜਾ ਜ਼ਿਆਦਾ ਹੋ ਗਿਆ ਅੱਜ ਤਾਂ ਦੱਸਣੀ ਹੋ ਗਿਆ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਅਫਸਾਨਾ ਖਾਨ ਨੂੰ ਆਪਣੀ ਵੈਸਟਰਨ ਡਰੈਸ ਲਈ ਕਾਫੀ ਜ਼ਿਆਦਾ ਟਰੋਲ ਹੋਣਾ ਪਿਆ ਸੀ ਅਤੇ ਅੱਜ ਮੇਕਅਪ ਤੇ ਗਹਿਣਿਆਂ ਕਰਕੇ ਵੀ ਅਫਸਾਨਾ ਖਾਨ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ ਇੱਕ ਯੂਜ਼ਰ ਨੇ ਕਿਹਾ ਪਲੀਜ਼ ਡੋਂਟ ਮਾਈਂਡ ਮੈਮ ਇਨਾ 골ਡ ਪਾਇਆ ਕੀ ਫਾਇਦਾ ਜਦ ਮਰਦੇ ਆ ਕੁਝ ਨਾਲ ਨਹੀਂ ਜਾਂਦਾ ਇਨਾ ਰਿਚਾਂ ਤਾਂ ਕਿਸੇ ਗਰੀਬ ਨੂੰ ਦਾਨ ਕਰ ਦੋ ਵੈਲ ਇਹਨਾ ਕਮੈਂਟਸ ਨੂੰ ਦੇਖ ਕੇ ਤੁਸੀਂ ਅਫਸਾਨਾ ਖਾਨ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ